ਸੋ ਇੱਥੇ ਮੈਂ ਸਾਰਿਆਂ ਦਾ ਵਹਿਮ ਕਰ ਦੇਣਾ ਚਾਹੁੰਦਾ ਕਿ ਮਹਾਰਾਜ ਨੇ ਚੰਡੀ ਦੀ ਵਾਰ ਜੰਗ ਯੁੱਧ ਬਿਰਤੀ ਨੂੰ ਕਿਹਾ ਆ, ਮਹਾਰਾਜ ਨੇ ਤਲਵਾਰ ਨੂੰ ਚੰਡੀ ਕਿਹਾ ਆ, ਚੰਡੀ ਦਾ ਨਾਮ ਦਿੱਤਾ ਹੈ। ਉਹ ਸ਼ਕਤੀ ਦੀ ਵਡਿਆਈ ਹੈ ਇਹ ਗੁਰਮਤ, ਇਹ ਚੰਡੀ ਉਹਦੀ ਸ਼ਕਤੀ ਹੈ। ਉਹ ਆਪ ਕੌਣ ਹੈ? ਆਪ ਹੈ ਸ਼ਿਵ, ਸ਼ਿਵ ਸ਼ਕਤੀ ਆਪ ਉਹ ਪਾਇਆ ਕੇ ਕਰਤਾ ਆਪੇ ਹੁਕਮ ਵਰਤਾ, ਜਿਹੜਾ ਹੁਕਮ ਵਰਤਾ ਰਿਹਾ ਕਰਤਾ ਸ਼ਕਤੀ ਉਹ ਪਾਈ ਹੈ। ਉਹ ਸ਼ਕਤੀ ਦੀ ਸ਼ਕਤੀ ਦਾ ਨਾਮ ਚੰਡੀ ਹੈ। ਸ਼ਕਤੀ ਨੇ ਸਭ ਕੁਛ ਪੈਦਾ ਕੀਤਾ, ਸ਼ਕਤੀ ਨੇ ਪੈਦਾ ਕੀਤਾ, ਸ਼ਕਤੀ ਦਾ ਨਾਮ ਚੰਡੀ ਹੈ। ਸ਼ਕਤੀ ਦਾ ਨਾਮ ਹੀ ਚੰਡੀ ਹੈ। ਸ਼ਕਤੀ ਹੀ ਸਾਨੂੰ ਗਿਆਨ ਦੇ ਰਹੀ ਹੈ, ਭਰਮ ਦਾ ਨਾਸ ਕਰ ਰਹੀ ਹੈ। ਇਹਦੇ ਨਾਲ ਅਸੀਂ ਸਾਰੀਆਂ ਪੌੜੀਆਂ ਚੜ੍ਹੇ। ਪ੍ਰਥਮ ਭਗਵਤੀ ਸਿਮਰ ਕੈ, ਪਹਿਲਾਂ ਮੈਂ ਸਭ ਤੋਂ ਭਗਵਤੀ ਸਿਮਰ ਲਈ, ਚੰਡੀ ਪ੍ਰਗਟ ਕਰ ਲਈ, ਗੁਰਮਤ ਪ੍ਰਗਟ ਕਰ ਲਈ, ਗੁਰਮਤ ਦੀ ਸਿੱਖਿਆ ਲੈ ਲਈ। ਕਿਹੜੀ ਗੁਰਮਤ, ਕਿਹੜੀ ਭਗਵਤੀ ਸਿਮਰੀ ਹੈ? ਗੁਰੂ ਨਾਨਕ ਲਈ ਧਿਆਈ, ਜਿਹੜੀ ਗੁਰੂ ਨਾਨਕ ਨੇ ਧਿਆਈ ਸੀ, ਪ੍ਰਗਟ ਕੀਤੀ, ਉਹੀ ਪ੍ਰਗਟ ਮੈਂ ਕਰੀ ਆਪਣੇ। ਉਹੀ ਸਿਮਰੀ ਹੈ ਮੈਂ ਵੀ